ਕੱਲ੍ਹ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਹੋਈ ਸੀ। ਸੰਭਾਵਨਾ ਜਤਾਈ ਜਾ ਰਹੀ ਸੀ ਕਿ ਪਾਰਟੀ ਫੈਸਲਾ ਲਵੇਗੀ ਚੋਣ ਲੜਨੀ ਹੈ ਜਾਂ ਨਹੀਂ ਲੜਨੀ, ਪਰ ਇਸ ਬਾਰੇ ਪਾਰਟੀ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਕਿਉਂਕਿ ਪਾਰਟੀ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਦੇ ਤਨਖਾਹੀਆਂ ਐਲਾਨੇ ਜਾਣ ਵਾਲੀ ਪ੍ਰਕਿਰਿਆ ਦੇ ਵਿੱਚ ਹੀ ਉਲਝੀ ਪਈ ਹੈ। ਉਧਰ ਬੀਜੇਪੀ ਨੇ 3 ਸੀਟਾਂ ਤੇ ਸਿੱਖ ਪੱਤਾ ਖੇਡਿਆ ਹੈ ਤੇ ਐਲਾਨੇ ਗਏ ਸਾਰੇ ਉਮੀਦਵਾਰ ਬੀਜੇਪੀ ਦੇ ਟਕਸਾਲੀ ਲੀਡਰ ਨਹੀਂ ਬਲਕਿ ਬਾਕੀ ਪਾਰਟੀਆਂ ਦੇ ਵਿੱਚੋਂ ਆਏ ਹੋਏ ਲੀਡਰ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਪਾਰਟੀ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਅਹਿਮ ਮੁੱਦੇ ਤੇ ਮੁਲਾਕਾਤ ਕਰੇਗਾ, ਜਿਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਦੇ ਵਿੱਚ 7 ਮੈਂਬਰੀ ਉੱਚ ਪੱਧਰੀ ਵਫਦ ਨੇ ਦੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਰਹੇਗਾ। ਸੁਖਬੀਰ ਸਿੰਘ ਬਾਦਲ ਕਹਿੰਦੇ ਤਨਖਾਹੀਆਂ ਕਰਾਰ ਦਿੱਤੇ ਜਾਣ ਤੋਂ ਬਾਅਦ ਕਰੀਬ 2.5 ਮਹੀਨੇ ਤੋਂ ਘਰੇ ਬਹਿ ਕੇ ਸਮਾਂ ਬਤੀਤ ਕਰ ਰਹੇ ਨੇ, ਹੁਣ ਅਚਾਨਕ ਹੀ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਤੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪਾਰਟੀ ਦੇ ਵਰਕਰ ਤੇ ਆਗੂ ਚਾਹੁੰਦੇ ਨੇ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਫੈਸਲਾ ਛੇਤੀ ਕੀਤਾ ਜਾਵੇ ਤਾਂ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਸਕੇ। ਉਹਨਾਂ ਇਹ ਵੀ ਦੱਸਿਆ ਕਿ ਗਿੱਦੜਬਾਹਾ ਤੋਂ ਪਾਰਟੀ ਵਰਕਰ ਵੀ ਸੁਖਬੀਰ ਸਿੰਘ ਬਾਦਲ ਨੂੰ ਹੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸੋ ਅਕਾਲੀ ਦਲ ਦੇ ਵਫਦ ਨੇ ਕੱਲ ਸੁਖਬੀਰ ਬਾਦਲ ਦੇ ਮਾਮਲੇ ਤੇ ਛੇਤੀ ਫੈਸਲਾ ਲੈਣ ਲਈ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ, ਪਰ ਪਿੱਛੇ ਜਿਹੜਾ ਸਾਡੇ ਵਿਰੋਧੀਆਂ ਨੇ ਇੱਕ ਸ਼ਿਕਾਇਤ ਕੀਤੀ ਸੀ ਉਹਦੇ ਸੰਬੰਧ ਦੇ ਵਿੱਚ ਅਸੀਂ ਪਹਿਲਾਂ ਵੀ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਗਏ ਸੀ, ਅਰਜੋਈ ਕਰਕੇ ਗਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ, ਸਮਰਪਿਤ ਰਹੇਗਾ। ਔਰ ਅਸੀਂ ਸਾਰੇ ਸਿੰਘ ਸਾਹਿਬਾਨਾਂ ਦਾ ਵੀ, ਉਹਨਾਂ ਦੇ ਹਰ ਆਦੇਸ਼ ਦਾ ਵੀ ਜੋ ਅਕਾਲ ਤਖਤ ਹੋਇਆ ਉਹਦਾ ਵੀ ਅਸੀਂ ਚੰਗੀ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਹੁਕਮ ਹੋਇਆ ਹਮੇਸ਼ਾ ਹੀ ਅਸੀਂ ਉਹਦਾ ਪਾਲਣ ਕੀਤਾ ਅਤੇ ਅੱਗੋਂ ਵੀ ਜਿਹੜਾ ਉਹ ਕਰਾਂਗੇ। ਅਤੇ ਹੁਣ ਅਚਾਨਕ 4/22 ਇਲੈਕਸ਼ਨਾਂ ਅਨਾਊਂਸ ਹੋ ਗਈਆਂ ਅਤੇ ਅਸੀਂ ਚੇਚੇ ਤੌਰ 'ਤੇ ਸਿੰਘ ਸਾਹਿਬ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਹੁਕਮ ਹੋਇਆ ਸੀ, ਤੁਹਾਡਾ ਆਦੇਸ਼ ਹੋਇਆ ਸੀ ਤਨਖਾਹੀਆਂ ਡਿਕਲੇਅਰ ਕਰਨ ਦਾ, ਪ੍ਰਧਾਨ ਸਾਹਿਬ ਤਾਂ ਉਸੇ ਦਿਨ ਹੀ ਆ ਕੇ ਅਤੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਸੀ ਕਿ ਮੈਂ ਹਾਜ਼ਰ ਹਾਂ। ਚਲੋ ਕਿਸੇ ਕਾਰਨ ਜਿਹੜੀ ਆ ਉਦੋਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਨਹੀਂ ਹੋ ਸਕੀ ਅਤੇ ਫਿਰ ਵੀ ਲਗਾਤਾਰ 1 ਮਹੀਨਾ 22-23 ਦਿਨ ਹੋ ਗਏ ਅਤੇ ਉਹ ਮਰਿਆਦਾ ਦੇ ਮੁਤਾਬਕ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਘਰ ਜਿਹੜੇ ਆ ਉਹ ਬੈਠ ਕੇ ਅਤੇ ਜਿਹੜੀ ਹੈ ਆਪਣਾ ਸਮਾਂ ਲੰਘਾ ਰਹੇ ਆ, ਜਿਹੜੀ ਜਨਤਾ ਦੇ ਵਿੱਚ ਜਾਣ ਤੋਂ ਹਮੇਸ਼ਾ ਉਹਨਾਂ ਨੇ ਗੁਰੇਜ਼ ਕੀਤਾ। ਪਰ ਹੁਣ ਇਲੈਕਸ਼ਨਾਂ ਆ ਗਈਆਂ, ਇਸ ਕਰਕੇ ਅੱਜ ਵੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਸੀ। ਸਾਰੇ ਚਾਹੁੰਦੇ ਆ ਕਿ ਇਹ ਸਰਕਾਰੀ ਜਿਹੜਾ ਸ਼ਕਤੀ ਹੈ, ਇਹ ਸਰਕਾਰੀ ਜਿਹੜਾ ਜਬਰ ਹੈ, ਇਹ ਜਿਹੜੀ ਬੇਇਨਸਾਫੀ ਪੰਜਾਬ ਦੇ ਨਾਲ ਪੰਥ ਦੇ ਨਾਲ ਹੋ ਰਹੀ ਹੈ, ਵੀ ਇਹਦੇ ਖਿਲਾਫ਼ ਡੱਟ ਕੇ ਲੜਿਆ ਜਾਵੇ। ਔਰ ਸਾਰੇ ਗਿੱਦੜਬਾਹੇ ਦੀ ਸੰਗਤ ਵੀ ਅਤੇ ਪੰਜਾਬ ਦੇ ਵੀ ਸਾਡੇ ਸਾਰੇ ਵਰਕਰ ਚਾਹੁੰਦੇ ਆ ਕਿ ਚਾਰੇ ਹਲਕਿਆਂ 'ਚ ਤਗੜੇ ਹੋ ਕੇ ਲੜੀਏ, ਕਿਉਂਕਿ ਹਲਕੇ ਸਾਡੇ ਉੱਤੇ ਸਾਰੇ ਥਾਵਾਂ 'ਤੇ ਅਕਾਲੀ ਦਲ ਜਿਹੜਾ ਉਹ ਚੰਗਾ। ਇਸ ਕਰਕੇ ਕੁਦਰਤੀ ਗੱਲ ਹੈ ਕਿ ਸਾਨੂੰ ਜਿਹੜਾ ਸਾਡੀ ਡਿਊਟੀ ਬਣ ਜਾਂਦੀ ਹੈ ਕਿ ਅਸੀਂ ਜਿਹੜੀ ਹੈ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਸਾਡੇ ਆਪਣੇ ਨੇ, ਕੌਮ ਦੀ ਸ਼ਾਨ ਨੇ, ਅਸੀਂ ਆਪਣੀ ਜੋਦੜੀ ਲੈ ਕੇ ਬੇਨਤੀ ਲੈ ਕੇ ਉਹਨਾਂ ਕੋਲ ਆਏ ਹਾਂ, ਬਾਕੀ ਤਾਂ ਉਹ ਦੱਸ ਸਕਦੇ, ਉਹਨਾਂ ਦੇ ਬਿਹਾਫ 'ਤੇ ਮੈਂ ਨਹੀਂ ਕਰ ਸਕਦਾ। ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਿਤ ਇੱਕ ਲੀਡਰ ਨੇ ਅਕਾਲੀ ਵਫਦ ਦੀ ਸਿੰਘ ਸਾਹਿਬ ਨਾਲ ਮੁਲਾਕਾਤ ਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਲੀਡਰ ਤਨਖਾਹੀਆਂ ਸੁਖਬੀਰ ਸਿੰਘ ਦੇ ਮਾਮਲੇ ਵਿੱਚ ਛੇਤੀ ਫੈਸਲਾ ਦੇਣ ਲਈ ਬੇਨਤੀ ਦੇ ਰੂਪ 'ਚ ਇੱਕ ਤਰ੍ਹਾਂ ਦਾ ਦਬਾਅ ਬਣਾਉਣ ਲਈ ਪਹੁੰਚੇ ਸਨ।